दोस्तों, आज की वीडियो फिर बहुत खास है। बहुत खास नहीं, खास नहीं, बहुत ज़्यादा खास है। अज असी तुहानू उस शख्सियत नाल मिलावांगे, उस बुजुर्ग नाल मिलावांगे जिंदी उम्र 120 साल हैगी है। जिहड़ी उन्हां दी लाइफ गुजरी है शुरू तो लैके हुण तक दी, जिहड़े हालात है, खूबसूरती है लाइफ की, वो सारी तुहाडे नाल शेयर करांगे। तो आ जाओ तुहाडे नाल बाबे नाल गलबात करते हाँ जी। अस्सलाम वालेकुम बाबा जी, बस बोलो तुसीं। वालेकुम सलाम जी, की हाल चाल है तुहाडा? अल्लाह दा बड़ा शुक्र है, करम है रब दा। अच्छा, सब तो पहले तुहाडा नाम दस दिओ जी, की है? मोहम्मद अनायत। अच्छा, ਤੁਸੀਂ ਕਿਹੜੀ ਜਗ੍ਹਾ 'ਤੇ ਤੁਹਾਡੀ ਪੈਦਾਇਸ਼ ਹੋਈ ਹੈ ਜੀ? ਜ਼ਿਲ੍ਹਾ ਸ਼ੇਖਪੁਰ, ਤਹਿਸੀਲ ਸ਼ੇਖਪੁਰ। ਅੱਛਾ ਅੱਛਾ, ਤੁਹਾਡੀ ਪੈਦਾਇਸ਼ ਕਿਸ ਸਨ ਵਿੱਚ ਹੋਈ ਹੈ ਜੀ? ਸਨ ਪੈਦਾਇਸ਼ ਮੈਂ 98 ਸਾਲਾਂ ਦਾ ਨਾ। ਹਾਂਜੀ, ਉਸ ਵਕਤ 1914 'ਚ ਜੰਗ ਲੱਗਾ ਜਰਮਨ ਦਾ। ਅੱਛਾ, ਉਸ ਜੰਗ ਦੇ ਵਿੱਚ ਮੈਂ 93 ਪੜ੍ਹਦਾ ਮਾਸਟਰ। ਅੱਛਾ, ਅਤੇ ਉਸੇ ਮੁਰਜਾਂ ਲੱਗਾ ਅਤੇ 2 ਜਹਾਜ਼ ਅੰਗਰੇਜ਼ ਦੇ ਖਤਮ ਹੋ ਗਏ, ਉਸ ਮੁਰੇ ਗੱਲ ਬੈੜਾ ਪੈ ਗਿਆ। ਅੱਛਾ, ਸਾਡੇ ਮੁਲਕ ਦੀ ਉਹ ਫੌਜ ਲਈ ਨਾ ਜਵਾਬ ਦਿੱਤਾ, ਨਾ ਕਿਹਾ ਮੈਂ ਆਪਣੇ ਮੁਲਕ ਵਾਸਤੇ ਰੱਖੀ ਹੈ ਜੀ। ਉਹ ਆਖੇਗਾ ਮੈਂ ਤੁਹਾਡਾ ਮੁਲਕ ਆਜ਼ਾਦ ਕਰ ਦੂੰਗਾ। ਅੱਛਾ ਅੱਛਾ, ਉਹ ਮੁੜ ਇਹਨਾਂ ਫੌਜ ਦਿੱਤੀ, ਉਹ ਫਤਿਹ ਹੋ ਗਿਆ। ਉਹ ਆਜ਼ਾਦ 100 ਸਾਲ ਕਰਨੀ ਆ। ਅੱਛਾ, ਅਤੇ 110 ਸਾਲ ਉੱਤੇ ਕਰ ਗਿਆ। ਅੱਛਾ, 10 ਸਾਲ ਉੱਤੇ ਕਰ ਗਿਆ। ਅੱਛਾ ਅੱਛਾ, ਅਤੇ ਮੁੜ ਉਸ ਮੁਲਕ ਆਜ਼ਾਦ ਸਾਡਾ ਕੀਤਾ, ਅੱਗੋਂ ਉਸ 2 ਮੁਲਕ ਬਣਾ ਦਿੱਤੇ। ਅੱਛਾ, ਹਿੰਦੁਸਤਾਨ ਅਤੇ ਪਾਕਿਸਤਾਨ। ਅੱਛਾ, ਤੁਸੀਂ ਇਹ ਦੱਸੋ, ਜਦੋਂ ਤੁਸੀਂ ਪ੍ਰਾਇਮਰੀ ਸਕੂਲ ਪੜ੍ਹਦੇ ਹੈ 8-9 ਸਾਲ ਦੀ ਉਮਰ ਵਿੱਚ, ਉਦੋਂ ਦਾ ਤੁਹਾਨੂੰ ਕੋਈ ਥੋੜ੍ਹਾ ਬਹੁਤ ਯਾਦ ਹੈ ਜਿਹੜਾ ਤੁਹਾਡਾ ਬਚਪਨ ਹਾ? ਉਹਨੂੰ ਇਤਨਾ ਕੁ ਯਾਦ ਹੈ ਵੀ ਅੰਗਰੇਜ਼ ਜਿਹੜਾ ਹੈ ਨਾ, ਹਾਂਜੀ, ਉਸਨੇ ਬੱਕਰੀ ਦੇ ਗਲ ਕੈਂਠਾ ਪਾਇਆ। ਅੱਛਾ, ਉਹ ਸੋਨੇ ਦਾ। ਹਾਂ, ਉਸ ਕਿ ਆਪੇ ਕੋਈ ਲਾਇਦਾ ਉਹਨੇ। ਅੱਛਾ, ਅਤੇ ਸਾਡੇ ਬੰਦੇ ਗੱਲਾਂ ਜੋ ਹੈ ਸੋਚ ਕੇ ਕੰਮ ਕਰਿਆ ਹੈ, ਰਾਜ ਅੰਗਰੇਜ਼ ਦਾ। ਅੱਛਾ, ਉਹ ਅੰਗਰੇਜ਼ ਸਖਤ। ਅੱਛਾ ਅੱਛਾ, ਉਹ ਛੱਡਦਾ ਹੁੰਦਾ ਉਹਦਾ। ਅੱਛਾ, ਅੱਛਾ, ਅਤੇ ਜਦੋਂ ਤੁਸੀਂ ਮਤਲਬ ਕਿ ਸੁਰ ਸੰਭਲੇ ਵੱਡੇ ਹੋਏ, ਤੁਹਾਡੇ ਨਾਲ ਕੁਝ ਦੂਸਰੇ ਹਿੰਦੂ ਮਜ਼ਹਬ ਦੇ ਜਾਂ ਸਿੱਖ ਰਹਿੰਦੇ ਹੈ, ਉਹਨਾਂ ਨਾਲ ਤੁਹਾਡੇ ਕਿਸ ਤਰ੍ਹਾਂ ਦੇ ਤਾਲੁਕਾਤ ਹੈ? ਉਹਨਾਂ ਨਾਲ ਬੜੇ ਤਾਲੁਕਾਤ ਆ, ਉਹ ਇਹ ਗੱਲਾਂ ਜਿਹੜਾ ਸਿੱਖ ਆਪਣੀ ਜ਼ਬਾਨ। ਅੱਛਾ, ਉਹ ਆਉਂਦੇ ਹੈ ਸਾਡੇ ਅਤੇ ਮੁਸਲਮਾਨਾਂ ਦੀ ਇੱਜ਼ਤ ਇੱਕ। ਅੱਛਾ, ਅਤੇ ਅਸੀਂ ਦੀਆਂ ਭੈਣਾਂ ਦੇ ਰਿਸ਼ਤੇ ਕਰਦੇ ਹੁੰਦੇ ਹਾਂ ਇਕੱਠੇ ਬਹਿ ਕੇ। ਅੱਛਾ ਅੱਛਾ, ਇੱਕ ਦੂਜੇ ਦੀਆਂ ਦਾਵਤਾਂ ਪਕਾਉਣੀਆਂ, ਇੱਕ ਦੂਜੇ ਨੂੰ ਰੋਟੀਆਂ ਖਵਾਉਣੀਆਂ, ਇੱਕ ਦੂਜੇ ਕੋਲ ਜਾਣਾ ਸਲਾਮ ਦੁਆ ਕਰਨੀ, ਇੱਕ ਦੂਜੇ ਦੀ ਭੀੜ ਸੌਟ ਵੀ ਕਰਨੀ। ਅੱਛਾ, ਜੇ ਕੋਈ ਭੀੜ ਸੱਜਣ ਨੂੰ ਹੈ ਉਹ ਸਿੱਖ ਵੀ ਕਰ ਜਾਂਦੇ ਆ, ਸਿਰਫ ਮੁਸਲਮਾਨਾਂ ਸਿੱਖਾਂ ਵੀ ਕਰ ਜਾਂਦੇ। ਅੱਛਾ, ਉਹ ਵਕਤ ਆ। ਅੱਛਾ, ਮਤਲਬ ਕਿ ਤੁਹਾਡੇ ਬੜੇ ਅੱਛੇ ਤਾਲੁਕਾਤ ਹੈ ਉਹਨਾਂ ਦੇ। ਤਾਲੁਕਾਤ ਕੋਈ ਅੱਜ ਵੀ ਤੁਹਾਨੂੰ ਯਾਦ ਹੋਵੇ ਜਿਹੜੇ ਜਦੋਂ 1947 ਦੀ ਵੰਡ ਹੋਈ ਹੈ ਅਤੇ ਤੁਹਾਡੇ ਕੋਲ ਆਪਸ ਵਿੱਚ ਕੁਝ ਮਾਮਲਾਤ ਬਣੇ ਹਨ ਸਿੱਖਾਂ ਦੇ ਨਾਲ, ਮਤਲਬ ਕਿ ਇੱਕ ਦੂਸਰੇ ਦੇ ਨਾਲ ਤੁਸੀਂ ਇੱਕ ਦੂਸਰੇ ਨਾਲ ਕੋਈ ਜ਼ੁਲਮ ਜਾਂ ਜ਼ਿਆਦਤੀ ਕੀਤੀ? ਨਾ ਨਾ ਨਾ। ਅੱਛਾ, ਸਿੱਖ ਆਏ? ਅੱਛਾ, ਉਹ ਸਾਡੇ 12 ਪਿੰਡ। ਅੱਛਾ, ਅਤੇ 12 ਸਿੱਖਾਂ ਦੇ। ਹਾਂ, ਉਹਨਾਂ ਕਿਹਾ ਮੈਂ ਅੱਗੇ ਤੁਹਾਡੀ ਸਾਡੀ ਆਈ ਦੁਸ਼ਮਣੀ। ਅੱਛਾ, ਇੱਕ ਦੂਜੇ ਨੂੰ ਮਾਰ ਕੁੱਟ ਕਰ ਲੈਂਦੀ ਆ। ਹਾਂ, ਸਾਡੇ ਤੋਂ ਵਰਤ ਗਈ ਹੈ ਤਕਦੀਰ। ਅੱਛਾ, ਤੁਸੀਂ ਸਾਨੂੰ ਨਾ ਕੁਝ ਆਖੋ। ਅੱਛਾ, ਅਸੀਂ ਤੁਹਾਨੂੰ ਕੁਝ ਨਹੀਂ ਆਏ। ਹਾਂ, ਨਾ ਮੁੜ ਸਿੱਖਾਂ ਸਾਨੂੰ ਕੁਝ ਆਖਿਆ ਅਤੇ ਨਾ ਅਸਾਂ ਸਿੱਖਾਂ ਨੂੰ ਕੁਝ ਆਖਿਆ। ਅੱਛਾ, ਅਤੇ ਅਡੋਲ ਅਮਨਾ ਮਾਨ ਸਾਡੇ ਕੋਲ ਤੁਰ ਗਏ। ਹਾਂ, ਅੱਛਾ, ਜਦੋਂ ਉਹ ਚੜ੍ਹਦੇ ਪੰਜਾਬ ਵਾਲੇ ਪਾਸੇ ਗਏ ਨੇ, ਤੁਹਾਡੇ 'ਚ ਕੋਈ ਉਹਨਾਂ ਨੂੰ ਛੱਡਣ ਗਿਆ ਹੈ? ਬੰਦੇ ਛੱਡਦੇ ਨੇ ਤੋਲ ਕੱਪਾਂ ਦੇ ਵਿੱਚ ਬੰਦੇ। ਅੱਛਾ ਅੱਛਾ, ਉਹਨਾਂ ਦੇ ਜਿਹੜੇ ਤੁਹਾਡੇ ਉਹਨਾਂ ਦੇ ਨਾਲ ਤੱਲਾ ਖਾਏ, ਉਹਨਾਂ 'ਚੋਂ ਕਿਸੇ ਦਾ ਤੁਹਾਨੂੰ ਨਾਂ ਅੱਜ ਵੀ ਯਾਦ ਹੈ? ਨਾ, ਉਹਨਾਂ ਦਾ ਬਦਾਵਾ ਸਿੰਘ, ਕਾਲਾ ਸਿੰਘ ਅਤੇ ਹਜ਼ਾਰਾ ਬੈਂਕਿਆਂ ਵਾਲਾ। ਅੱਛਾ, ਹਜ਼ਾਰਾ ਸਿੰਘ। ਅੱਛਾ ਅੱਛਾ, ਅਤੇ ਕੋਈ ਮਤਲਬ ਕਿ ਜਿਹੜੇ ਨਾ ਤੁਹਾਡੀ ਜਿਹੜੀ 1947 ਤੋਂ ਬਾਅਦ ਵਾਲੀ ਵੰਡ ਜਦੋਂ ਹੋ ਗਈ ਹੈ, ਉਸ ਤੋਂ ਬਾਅਦ ਜਦੋਂ ਉਹ ਜਾਂਦੇ ਰਹੇ ਹਨ, ਤਾਂ ਤੁਹਾਨੂੰ ਕੀ ਉੱਥੋਂ ਜਦੋਂ ਉਹਨਾਂ ਦੇ ਘਰਾਂ ਦੇ ਵਿੱਚੋਂ ਤੁਹਾਨੂੰ ਕੀ ਲੱਭਿਆ?
ਅਸੀਂ ਨਾ ਕਰਾਂਗੇ ਰੋਟੀ ਅੱਛਾ ਅਤੇ ਨਾ ਅਸੀਂ ਕੀਤੀ ਹੈ ਬਾਕੀ ਆਪਣੀ ਜ਼ਬਾਨੀ ਹੋਵਾਂ ਦੀ ਹੈ ਬੜਾ ਸਾਡਾ ਮਾਲ ਚੰਗਾ ਹੈ ਅਤੇ ਮੁਲਕ ਲੈ ਜਾਣਾ ਤੁਸੀਂ ਲੈ ਜਾਓ ਅੱਛਾ ਅੱਛਾ ਅਤੇ ਇਹ ਬੰਦੇ ਰੋ ਪਾਉਂਦੇ ਆ ਤੁਸੀਂ ਅਸੀਂ ਨਹੀਂ ਲਿਆ ਸਕਦੇ अच्छा तुम्हारे आखा का मतलब यह है कि बड़े अच्छे तलकात है बड़े अच्छे तलकात अच्छा अच्छा तो उस तू जो तुम मतलब कि तुम्हारी जी लाइफ का हिस्सा है ज़्यादातर उन्होंने ही गुजरे है बड़े अच्छे तलकात दसते है अच्छा तो जो मतलब कि तुम 1947 तो बाद उतू इतने आते हैं इन्हें आवन की वजह बनी उतू इतने सर आए वजह बनी हाँ मुस्लिम लीग के हिंदुस्तान के वोट हो अच्छा उन्होंने सद्या कांग्रेस हाँ सा मुस्लिम लीग अच्छा वो जो वोट हो वोट दिते मुस्लिम लीग न अच्छा तो पिंड वाले साढ़े मुकाबले पे गए हाँ ਉਹ ਆਖਾਂ ਕਿ ਤੁਸੀਂ ਕਾਂਗਰਸ ਨੂੰ ਵੋਟ ਦਿਓ ਹਾਂ ਉਹਨਾਂ ਲਏ ਆ ਵੱਡੇ ਵੱਡੇ ਪੈਸੇ ਅੱਛਾ ਅਸੀਂ ਆਂਦੇ ਬਸ ਹਾਂ ਅਸਾਂ ਮੁਸਲਿਮ ਲੀਗ ਨੂੰ ਦਿੱਤੇ ਅੱਛਾ ਉਹ ਅਸੀਂ ਰਾਜ ਹੋ ਗਏ ਹਾਂ ਉਹ ਸਾਡਾ ਮੁਰਸ਼ਦ ਪਿਆ ਅੱਛਾ ਜਿਸ ਵੋਟ ਦਿਵਾਇਆ ਹਾਂ ਉਹ ਸਾਖਿਆ ਮੈਂ ਤੁਹਾਨੂੰ ਰਕਬਾ ਲੈ ਕੇ ਹਾਂ ਉਹ ਸਾਨੂੰ ਅਚਾਰ ਮਤਲਬ ਜ਼ਮੀਨ ਲੈ ਗਈ ਇੱਥੇ ਇੱਥੇ ਅੱਛਾ ਅਸੀਂ ਉੱਥੇ ਉੱਠ ਕੇ ਮਰਬਾਦ ਇੱਥੇ ਆ ਗਏ ਅੱਛਾ ਅੱਛਾ अच्छा सब तो जी जरूरी गल है कि जो तुहाड़ी उम्र हाई जो बचपन हा तुहाड़ा उतों लैते हुण तक की उम्र में तुहाड़ी जबान की तब्दीली आई है उस वक्त तुहाड़ी कैसी जबान आई तो हुण कैसी जबान है तकड़ी जबान है नरम हो गई नहीं नहीं जी तुहाड़ी बोली कैसी जबान पंजाबी हाई उर्दू हाई पंजाबी अच्छा अच्छा मतलब कि तुहाड़ी शुरू तो 120 साल तो लैते अज तक पंजाबी जबान चल रही है अच्छा अच्छा तो जो हालात है जो तुम मतलब कि आदि जवानी में है उस दे विच ते इस दे विच की फर्क वेखते हैं वो अच्छा हा या ये अच्छा है अच्छा उनके सू दसो ना भी किस तरह अच्छा हा इस तरह अच्छा की बहन की इज्जत करनी भरा बंदे की इज्जत करनी अच्छा सज्जन नाल निभानी सज्जन की गल करनी अच्छा सज्जन तू गल करनी हाँ वो एक दूजे का एहसास करते हैं अच्छा एक दूजे को बड़ा प्यार समझते हैं अच्छा हूँ का जमाना हूँ छुरी भग गई हाँ अरे तू छुरी एक हाथ छुरी है अच्छा एक हाथ च प्यार है हाँ तू छुरी बीमारी आ अच्छा हूँ जमाना यह चल रहा हाँ अगला जमाना चल अच्छा बाबा जी तुम सू दसो कि जेड़ी जबान है पंजाबी या दूसरिया जबाना है सब नालों जेड़ी पुख्ता जबान है पक्की जिंदे विच गल दा मान रखा जांदा या गल रखी जांदी है सारिया जबाना च तुहानू केड़ी पक्की जबान अच्छी जबान लगदी सारे ते पंजाबी लगदी है अच्छा किस तरह को थोड़ा जे सानू दसो ना पंजाबी इस गल चंगी लगदी है इक दूजे दी गल सही समझ लैंदी है हां जी एक दूजे को इशारा भी देना कि वो समझ जाए अच्छा बजाया इनका काम है अंग्रेजी मंग्रेजी का बाद चाहिए हाई उसे भी थोड़ी आई अच्छा तो साढ़े बंदे न समझते ना किसी गल पंजाबी में अच्छा समझ अच्छा पंजाबी बोली हुई है अच्छा ठीक है अच्छा बाबे होरां दी तबीयत बड़ी कमज़ोर है जिंदी वजह तो घणियां गल्लां नहीं साडे नाल कर सके ते जेड़ा कि उन्होंने वक्त थोड़ा बहुत तुहानूं दस्सिया है कि हालात जेड़े पहले दे है किवें है हुण दे किवें है अच्छे किहड़े है जबान किहड़ी मतलब कि जेड़ी ज़्यादा प्यार मुहब्बत वाली है वह किहड़ी है या अज किहड़ी जेड़ी जबान प्यार मुहब्बत वाली है या रखी जावण वाली है मजबूत जबान है वह भी सानूं दस्सी उन्होंने बाबे होरां ने ते उम्मीद करना तुहानू बाबे होरां दा इंटरव्यू बाबे होरां दी गल्लबात तुहानू अच्छी लगी होनी है ते सानू इजाजत दिओ।